ਸਾਡਾ ਬੀਸੀ ਭਾਈਚਾਰਾ ਜਿਹੜਾ ਕਿ ਆਪਣੇ ਹੱਕ ਹਕੂਕ ਲੈਣ ਤੋਂ ਅਜੇ ਬਹੁਤ ਪਿੱਛੇ ਆ। 1997 ਦੇ ਵਿੱਚ ਜਦੋਂ ਸਰਕਾਰ ਬਣੀ ਉੱਤਰ ਪ੍ਰਦੇਸ਼ ਦੇ ਵਿੱਚ BSP ਦੀ, ਤਾਂ ਸਾਹਿਬ ਕਾਂਸ਼ੀ ਰਾਮ ਉਸ ਵੇਲੇ ਨੈਸ਼ਨਲ ਪ੍ਰੈਜ਼ੀਡੈਂਟ ਸੀ। ਉਹਨਾਂ ਨੇ ਭੈਣ ਮਾਇਆਵਤੀ ਨੂੰ ਇਹ ਗੱਲ ਕਹੀ ਕਿ ਇੱਕ OBC ਦਾ ਸੰਮੇਲਨ ਹੋਣਾ ਚਾਹੀਦਾ। ਉਹ ਕਾਨਪੁਰ ਦੇ ਵਿੱਚ ਹੋਇਆ ਸੀਗਾ, ਜਿਹਦੇ ਵਿੱਚ 10 ਲੱਖ ਲੋਕ ਇਕੱਠੇ ਕੀਤੇ ਗਏ, ਸਰਕਾਰ ਕੋਲੋਂ ਅੰਕੜਾ ਲਿਆ ਗਿਆ ਕਿ ਕਿੰਨੇ IAS ਅਫਸਰ, ਕਿੰਨੇ IPS ਅਫਸਰ, ਕਿੰਨੇ ਹੋਰ ਅਫਸਰ ਆ ਉਹ ਦੱਸਿਆ ਜਾਵੇ। ਤਾਂ ਬਈ ਉਹ ਚੰਦ ਗਿਣਤੀ ਦੇ ਅਫਸਰ ਸੀਗੇ ਉੱਥੇ, ਤਾਂ ਸਾਹਿਬ ਕਾਂਸ਼ੀ ਰਾਮ ਨੇ ਉਦੋਂ ਸਟੇਜ ਤੋਂ ਇਹ ਗੱਲ ਕਹੀ ਸੀ ਕਿ BC ਸਮਾਜ ਦੇ ਲੋਕੋ, ਤੁਹਾਡਾ ਹਿੱਸਾ ਤੁਹਾਨੂੰ ਇਸ ਕਰਕੇ ਨਹੀਂ ਮਿਲਿਆ ਕਿ ਤੁਸੀਂ ਗਾਂਧੀ ਨੂੰ ਜਿਹੜਾ ਸੀ ਆਪਣਾ ਰਹਿਬਰ ਮੰਨਿਆ ਸੀ, ਜਿਹਨਾਂ ਲੋਕਾਂ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਆਪਣਾ ਰਹਿਬਰ ਮੰਨਿਆ, ਉਹਨਾਂ ਦੀ 10-12% ਗਿਣਤੀ ਜਿਹੜੀ ਹੈ ਉਹ ਸਰਕਾਰ ਦੇ ਵਿੱਚ ਹਿੱਸੇਦਾਰੀ ਹੈ। ਪਰ ਤੁਹਾਡੀ ਜਿਹੜੀ ਹਿੱਸੇਦਾਰੀ ਉਹ ਨਾ ਮਾਤਰ ਹੈ, ਉਹ ਇਸੇ ਕਰਕੇ ਆ ਕਿ ਤੁਸੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਝਿਆ ਨਹੀਂ, ਤੁਸੀਂ ਬਾਬਾ ਸਾਹਿਬ ਅੰਬੇਦਕਰ ਦਾ ਸਾਥ ਨਹੀਂ ਦਿੱਤਾ, ਇਸ ਕਰਕੇ ਜਿਹੜਾ ਤੁਹਾਡਾ ਜਿਹੜਾ ਤਰੱਕੀ ਜਿਹੜੀ ਉਹ ਨਹੀਂ ਹੋ ਸਕੀ। ਤਾਂ ਹੁਣ ਜ਼ਰੂਰੀ ਆ ਕਿ ਜੇ ਜਾਤੀ ਆਧਾਰਿਤ ਗਿਣਤੀ ਹੁੰਦੀ ਆ ਤਾਂ ਹੀ ਤੁਹਾਨੂੰ ਤੁਹਾਡਾ ਹੱਕ ਮਿਲ ਸਕਦਾ। ਉਹਦੇ ਲਈ ਬਹੁਜਨ ਮੁਕਤੀ ਪਾਰਟੀ ਜਿਹੜੀ ਹੈ ਯਤਨਸ਼ੀਲ ਆ, ਔਰ ਅਸੀਂ ਸਾਰੇ ਜਿਹੜੇ ਰਲ ਮਿਲ ਕੇ ਜਿਹੜਾ ਤੁਹਾਡਾ ਸਾਰਿਆਂ ਦਾ ਸਾਥ ਲੈ ਕੇ ਜਿਹੜਾ ਇਹ ਜਿਹੜਾ ਅੰਦੋਲਨ ਆ ਇਸ ਨੂੰ ਚਲਾਵਾਂਗੇ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਮੈਨੂੰ ਸੁਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਕੀ ਜੀ।